ਅਕਸਰ ਆਪਾਂ ਫਰੂਟਸ ਦੇ ਨਾਲ ਸੋਚਦੇ ਹਾਂ ਵੀ ਇਹ ਸਿਹਤ ਦੇ ਲਈ ਚੰਗੀਆਂ ਚੀਜ਼ਾਂ ਹੁੰਦੀਆਂ ਆ, ਪਰ US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਕੈਲੀਫੋਰਨੀਆ ਦੇ ਵਿੱਚ $5 ਮਿਲੀਅਨ ਦੀ ਮੈਥ ਜੋ ਕਿ ਹਦਵਾਣੇ ਬਣਾ ਕੇ ਲਕਾਈ ਹੋਈ ਸੀ ਹਦਵਾਣਿਆਂ ਦੇ ਵਿੱਚ, ਉਸ ਨੂੰ ਜਿਹੜਾ ਉਹ ਫੜਿਆ ਆ। 38 ਸਾਲਾਂ ਦਾ ਇੱਕ ਕਹਿੰਦੇ ਵੀ ਬੰਦਾ ਜੋ ਕਿ ਇੱਕ ਕਮਰਸ਼ੀਅਲ ਸੈਮੀ ਟਰੱਕ ਚਲਾ ਰਿਹਾ ਸੀ, ਉਹ ਜਿਹੜਾ CBP ਅਫਸਰ ਦੇ ਹੱਥੇ ਲੱਗਿਆ। ਓਟਾ ਮੈਸ ਕਮਰਸ਼ੀਅਲ ਫੈਸਿਲਿਟੀ ਜੋ ਸੈਨਡੀਏਗੋ 'ਚ ਆ, ਜਦੋਂ ਮੈਕਸੀਕੋ ਰਾਹੀਂ ਜਿਹੜਾ US ਦੇ ਵਿੱਚ ਕੈਲੀਫੋਰਨੀਆ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਦੇ ਕਾਗਜ਼ ਪੱਤਰ ਦੇ ਵਿੱਚ ਤਾਂ ਉਹ ਹਦਵਾਣੇ ਵਾਟਰਮੈਲਨਸ ਆ ਉਹਨਾਂ ਨੂੰ ਲਿਆ ਰਿਹਾ ਸੀ ਬਾਰਡਰ ਤੋਂ ਪਾਰ ਕਰਕੇ, ਪਰ ਅਫਸਰਾਂ ਨੇ ਜਦ ਡਰਾਈਵਰ ਅਤੇ ਉਸਦੇ ਵਹੀਕਲ ਨੂੰ ਫਰਦਰ ਐਗਜ਼ਾਮੀਨੇਸ਼ਨ ਦੇ ਲਈ ਅੱਗੇ ਸਕੈਂਡਰੀ ਦੇ ਲਈ ਘੱਲਿਆ, ਤਾਂ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ 1220 ਪੈਕੇਜ ਜੋ ਕਾਗਜ਼ ਦੇ ਵਿੱਚ ਲਕਾਏ ਹੋਏ ਸੀ, ਉਹ ਵਾਟਰਮੈਲਨ ਦੀ ਸ਼ੇਪ ਜਿਹੜੀ ਉਹਨਾਂ ਨੂੰ ਦਿੱਤੀ ਹੋਈ ਸੀ, ਬਾਹਰ ਉਸੇ ਤਰੀਕੇ ਦੇ ਨਾਲ ਰੰਗ ਰੂਪ ਉਹਦਾ ਪੇਂਟ ਆ ਉਹੀ ਕੀਤਾ ਹੋਇਆ ਸੀ। ਕੰਟੈਂਟ ਜਦ ਉਹਨਾਂ ਨੇ ਟੈਸਟ ਕੀਤੇ ਤਾਂ ਕਹਿੰਦੇ ਵੀ ਇਹ ਪਤਾ ਲੱਗਾ ਵੀ ਇਹ ਤਾਂ ਮੈਥ ਆ ਜੋ ਕਿ ਕੁੱਲ ਮਿਲਾ ਕੇ £4,587 ਬਣਦੀ ਹੈ, ਜਿਸ ਦੀ ਸਟਰੀਟ ਵੈਲਿਊ $5 ਮਿਲੀਅਨ ਤੋਂ ਵੀ ਵੱਧ ਦੱਸੀ ਜਾਂਦੀ ਆ। CBP ਨੇ ਇਹ ਜਿਹੜੇ ਨਰਕੋਟਿਕਸ ਆ ਉਹ ਆਪਣੇ ਜਿਹੜੇ ਉਹ ਜ਼ਬਤ ਕਰ ਲਏ ਅਤੇ ਟਰੈਕਟਰ ਟ੍ਰੇਲਰ ਨੂੰ ਵੀ ਜਿਹੜਾ ਉਹ ਜ਼ਬਤ ਕਰ ਲਿਆ। ਹੁਣ ਹੋਮਲੈਂਡ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ ਦੀ ਟੀਮ ਇਸ ਦੀ ਜਿਹੜੀ ਉਹ ਜਾਂਚ ਕਰੇਗੀ ਅਤੇ ਡਰਾਈਵਰ ਨੂੰ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਹਵਾਲੇ ਕਰ ਦਿੱਤਾ ਗਿਆ ਆ। ਰੋਜ਼ਾ ਈ ਹਰਨਾਂਡਸ ਜਿਹੜੇ ਕਿ ਪੋਰਟ ਡਾਇਰੈਕਟਰ ਨੇ ਏਰੀਆ ਪੋਰਟ ਓਟਾ ਮੈਸੇ ਦੇ, ਉਹਨਾਂ ਨੇ ਕਿਹਾ ਵੀ ਮੈਂ ਆਪਣੀ ਟੀਮ ਦੇ ਉੱਤੇ ਬਹੁਤ ਜ਼ਿਆਦਾ, ਮੈਨੂੰ ਪ੍ਰਾਊਡ ਆ, ਮਾਣ ਆ ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਸ ਨਸ਼ੀਲੇ ਪਦਾਰਥਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਪਹਿਲਾਂ ਜਿਹੜਾ ਆ ਉਹ ਰੋਕ ਲਿਆ ਹੈਗਾ ਆ। ਇੱਕ ਹਫ਼ਤੇ ਪਹਿਲਾਂ ਹੀ ਇਸੇ ਹੀ ਫੈਸਿਲਿਟੀ ਦੇ ਵਿੱਚ £629 ਮੈਥ ਦੇ ਹੀ ਉਹ ਪਹਿਲਾਂ ਕਹਿੰਦੇ ਵੀ ਸੈਲਰੀ ਦੇ ਰੂਪ ਦੇ ਵਿੱਚ ਜਿਹੜੇ ਆਪਾਂ ਸਲਾਦ ਦੇ ਰੂਪ 'ਚ ਖਾਂਦੇ ਹਾਂ ਉਹਦੇ ਵਿੱਚ ਲਗਾ ਕੇ ਜਿਹੜੇ ਉਹ ਲਿਆਉਣ ਦੀ ਇੱਥੇ ਅਮਰੀਕਾ 'ਚ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਦੀ ਕੀਮਤ 7,55,000 ਉਸ ਮੈਥ ਦੀ ਦੱਸੀ ਗਈ ਸੀਗੀ। ਕਹਿੰਦੇ ਵੀ ਓਪਰੇਸ਼ਨ ਅਪੋਲੋ ਇਸ ਟਾਈਮ ਚੱਲ ਰਿਹਾ ਆ, ਉਸ ਦੇ ਅਧੀਨ ਇਹ ਦੋਨੋਂ ਜਿਹੜੀਆਂ ਆ ਨਸ਼ੇ ਦੀ ਖੇਪ ਨੂੰ ਜਿਹੜਾ ਉਹ ਰੋਕਿਆ ਗਿਆ ਆ। ਕਹਿੰਦੇ ਵੀ ਇੰਟੈਲੀਜੈਂਸ ਕਲੈਕਸ਼ਨ ਦੇ ਵਿੱਚ ਇਹ ਓਪਰੇਸ਼ਨ ਮੋਹਰੇ ਚੱਲ ਰਿਹਾ ਆ, ਅਸੀਂ ਕਈਆਂ ਦੇ ਨਾਲ ਹੋਰ ਪਾਰਟਨਰਸ਼ਿਪਸ ਕਰ ਰਹੇ ਹਾਂ। CBP ਦੇ ਜਿਹੜੇ ਫੀਲਡ ਐਸੈਟਸ ਨੇ ਉਹਨਾਂ ਉਹ ਫੈਡਰਲ, ਸਟੇਟ, ਲੋਕਲ, ਟ੍ਰਾਈਬਲ ਅਤੇ ਟੈਰੀਟੋਰੀਅਲ ਪਾਰਟਨਰਸ ਦੇ ਨਾਲ ਮਿਲ ਕੇ ਇਹਨਾਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕ ਰਹੇ ਆ। ਮੈਥ ਦੇ ਨਾਲ ਨਾਲ ਕਹਿੰਦੇ ਵੀ ਫੈਂਟਨਲ ਦੇ ਉੱਤੇ ਵੀ ਅਸੀਂ ਤਿੱਖੀ ਨਜ਼ਰ ਰੱਖੀ ਬੈਠੇ ਹਾਂ। ਅਗਲੀ ਖਬਰ ਵਿੱਚ ਚਲੀਏ। ਅੱਜ ਸੈਕਰਾਮੈਂਟੋ ਦੇ ਵਿੱਚ ਕਾਫੀ ਵੱਡਾ ਐਕਸੀਡੈਂਟ ਹੋਇਆ ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਤੇ ਇੱਕ ਜਣੇ ਨੂੰ ਹਸਪਤਾਲ ਲਿਜਾਇਆ ਗਿਆ। ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ